ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਨਾ ਲੋ ਜੀ ਪਰਮਾਤਮਾ ਵੱਲ ਨੂੰ ਜਾਈਏ ਗੁਰਮਤ ਵੱਲ ਨੂੰ ਜਾਈਏ ਇੱਥੋਂ ਵੀ ਹਟ ਕੀ ਜਾਓ ਇੱਥੋਂ ਵੀ ਹਟ ਕੀ ਜਾਓ ਕਈਆਂ ਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਬਹੁਤਿਆਂ ਕੀ ਸੁਣੀਏ ਗੁਰਮਤ ਉਹੀ ਗੱਲਾਂ ਰੋਜ਼ ਕਥਾ ਦੀਆਂ ਉਹੀ ਗੱਲਾਂ ਇਹਦੇ ਤੋਂ ਆ ਨਾ ਕਰੋ ਉਹ ਨਾ ਕਰੋ ਗੀਤ ਖੀਤ ਸੁਣੋ ਨਚੋ ਪੁੜਕੋ ਖਾਓ ਗਾਓ ਜਿੱਥੇ ਮਰਦੀ ਜਾਓ ਤਾਂ ਹੀ ਉਧਰ ਨੂੰ ਘੱਟ ਵੱਧੇ ਜਿਵੇਂ ਮਾਂ ਬਾਪ ਦੀ ਬੱਚੇ ਘੱਟ ਸੁੰਦੇ ਨਾ ਗੁਰੂ ਦੀਵੀ ਅਰ ਸਿੱਖਿਆ ਗ੍ਰਹਿਣ ਕਰਨ ਵਾਲੇ ਬਹੁਤ ਘੱਟ ਸੁੰਦੇ ਨੇ ਬਹੁਤ ਘੱਟ ਜਿਵੇਂ ਮਾਂ ਬਾਪ ਦੀ ਘੱਟ ਮੰਨਦੇ ਆ ਨਾ ਗੁਰੂ ਦੀ ਵੀ ਘੱਟ ਮੰਨਦੇ ਜੇ ਗੁਰੂ ਦੀ ਮੁਕੰਮਲ ਰੂਪ ਚ ਮੰਨਦੇ ਉਹ ਨਾ ਆ ਦੁੱਖ ਨਾ ਆਉਣ ਜਿਹੜੇ ਦੁੱਖਾਂ ਚ ਤੁਰੇ ਫਿਰਦਾ ਸੰਸਾਰ ਤੇ ਜੇ ਮਾਂ ਬਾਪ ਦੀ ਮੰਨਣ ਨਾ ਨਾ ਸਿਆਚ ਤੇ ਹੋਰ ਪਾਸਿਆਂ ਨੂੰ ਨਾ ਉਜਾੜਾ ਜੀਵਨ ਦਾ ਹੋਵੇ ਔਰ ਉਹ ਸਿੱਖਿਆ ਨੂੰ ਸੁਣਿਆ ਨਹੀਂ ਮਾਂ ਬਾਪ ਦੇ ਕੋਲ ਬੈਠ ਕੇ ਨਹੀਂ ਸਿੱਖਿਆ ਸੁਣਦਾ ਤੇ ਗੁਰੂਕੁਲ ਵੀ ਬੈਠ ਕੇ ਨਹੀਂ ਸੁਣਦਾ ਆਨ ਹੋਰਨਾ ਦੇ ਮੰਗਰ ਲੱਗਾ ਇੱਕ ਰਾਗੀ ਕੀਰਤਨ ਕਰੇ ਕਥਾਵਾਚਕ ਪ੍ਰਚਾਰਕ ਕਥਾ ਕਰੇ ਗ੍ਰੰਥੀ ਬਾਣੀ ਸੁਣਾਵੇ ਬੜ ਬੇਸ਼ੱਕ ਉਹ ਜਿੰਨੀ ਮਰਜ਼ੀ ਭਿੱਜ ਕੇ ਕਥਾ ਕਰੇ ਭਿੱਜ ਕੇ ਕੀਰਤਨ ਕਰੇ ਭਿੱਜ ਕੇ ਬਾਣੀ ਸੁਣਾਵੇ ਉਹ ਤਾਂ ਉਪਮਾ ਨਹੀਂ ਧਾਰਮਿਕਤਾ ਨੂੰ ਸੁਣਨਾ ਤੇ ਕਿਹ ਗੀਤਕਾਰ ਨੇ ਦੋ ਬੋਲ ਕਿਦੇ ਗਾ ਦਿੱਤੇ ਇਸ ਤੇ ਉਹਨੂੰ ਭੱਜ ਕੇ ਪੈ ਗਿਆ ਸ ਸਜਣਾ ਗੀਤਕਾਰ ਤੈਨੂੰ ਮੁਗਤੀ ਨਹੀਂ ਦਵਾ ਸਕਦਾ ਗੀਤਕਾਰ ਤੇਰੇ ਦੁੱਖ ਨਹੀਂ ਹਰ ਦੂਰ ਕਰ ਸਕਦਾ ਅੱਜ ਤੱਕ ਕਿਸੇ ਦਾ ਗੀਤ ਸੁਣ ਕੇ ਕੋਈ ਸੰਤ ਬਣਿਆ ਕੋਈ ਗੁਰਸਿੱਖ ਬ੍ਰਹਮ ਗਿਆਨੀ ਬਣਿਆ ਕੋਈ ਰੱਬ ਨੂੰ ਮਿਲਿਆ ਕਿਹੇ ਦੇ ਜੀਵਨ ਵਿੱਚ ਪਲਟਾ ਆਇਆ ਉਹਨੂੰ ਗਿਆਨ ਬ੍ਰਹਮ ਦਾ ਹੋ ਗਿਆ ਕਦਾ ਚਿਤ ਨਹੀਂ ਐਸਾ ਨਹੀਂ ਹੈ ਠੀਕ ਹੈ ਤੁਸੀਂ ਆਪਦੇ ਸੰਸਾਰ ਦੇ ਪੱਖ ਨੂੰ ਉਧਰ ਰੱਖੋ ਗੁਰੂ ਨੂੰ ਤਾਂ ਜਪੋ ਨਾ ਗੁਰੂ ਨਾਲ ਤਾਂ ਜੁੜੋ ਨਾ ਤੁਹਾਡਾ ਅੰਦਰ ਸਬਰੇ ਤੁਹਾਡਾ ਜੀਵਨ ਸਬਰੇ ਪਰਿਵਾਰ ਦੀ ਸੁਖ ਸ਼ਾਂਤੀ ਇੱਥੋਂ ਹੋਣੀ ਏ ਦੁੱਖ ਤੇ ਰੋਗ ਇੱਥੋਂ ਕੱਟੇ ਜਾਣਿਆ ਅਰ ਜੇ ਗਵਈਆਂ ਦੇ ਕੋਲ ਹੁੰਦੇ ਤੇ ਗੁਰੂ ਅੱਗੇ ਆ ਕੇ ਕਿਉਂ ਝੁਕਦੇ ਕਿਉਂ ਇੱਧਰ ਮੰਗਦੇ ਫਿਰਦੇ ਮਹਾਰਾਜ ਤੋਂ ਸੁਖ ਸ਼ਾਂਤੀ ਰੱਬ ਕੋਲੋਂ ਮੰਗੀਏ ਰੱਬ ਕੋਲ ਜੁੜੀਏ ਭਾਈ ਸਾਹਿਬ ਕਹਿੰਦੇ ਨੇ ਜੇ ਪਰਮਾਤਮਾ ਦੇ ਪਰਮ ਸਭ ਤੋਂ ਵੱਡੇ ਵੈ ਗੁਰੂ ਨਿਦਾਨ ਜਿਹੜਾ ਸਾਰੀਆਂ ਦਾਤਾਂ ਬਖਸ਼ਾਂ ਦਾ ਖਜ਼ਾਨਾ ਹੈ ਨਾ ਇਹ ਜੀਵ ਉਹਦੀ ਸਿੱਖਿਆ ਸੁਣ ਲਵੇ ਆ ਕੇ ਹੋਰ ਪਾਸੇ ਛੱਡ ਕੇ ਇੱਧਰ ਉੱਧਰ ਭਟਕਣਾ ਨੂੰ ਛੱਡ ਕੇ ਪ੍ਰਭੂ ਦੀ ਗੁਰੂ ਦੀ ਗੱਲ ਨੂੰ ਸੁਣ ਲਵੇ ਤੇ ਫਿਰ ਭਾਈ ਸਾਹਿਬ ਕਹਿੰਦੇ ਦੁਬਧਾ ਨਾ ਵਿਆਪੇ ਦੁਚਿੱਤਾਪਨ ਦੁਐ ਤੇ ਦੇ ਅੰਦਰ ਖੜੀ ਨਹੀਂ ਹੋਵੇਗੀ ਪਰਮਾਤਮਾ ਵਾਲੇ ਮਾਰਗ ਤੇ ਤੁਰੇਗਾ ਔਰ ਉਹ ਪਰਮ ਨਿਧਾਨ ਵੈ ਗੁਰੂ ਨੂੰ ਜਪੇਤੇ ਤਾਂ ਜੀਵਨ ਵਿੱਚ ਇਹਦੇ ਸੁੱਖ ਆਉਣਾ ਹੈ ਤਾਂ ਪ੍ਰਭੂ ਦੀ ਗੱਲ ਨੂੰ ਸੁਣੇ ਗੁਰੂ ਦੀ ਸਿੱਖਿਆ ਨੂੰ ਸੁਣੇ ਗੁਰੂ ਦੀ ਨਦਰ ਹੋ ਜਾਵੇਗੀ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕਰਮ ਲੰਗਾਏ ਪਾਰ ਉਹਦੀ ਬਖਸ਼ਿਸ਼ ਹੋ ਜਾਵੇਗੀ ਭਾਈ ਸਾਹਿਬ ਅਗਲੇ ਕਵਿਤ ਦੁਆਰਾ ਕਹਿੰਦੇ ਜੈਸੇ ਕਰ ਗਹਿਤ ਸਰਪ ਸੁਤ ਪ੍ਰੇਮ ਮਾਤ ਪੇਖ ਮਾਤਾ ਕਹਿੰਦੇ ਪੁੱਤਰ ਨੇ ਕਿਦੇ ਹੱਥ ਵਿੱਚ ਸੱਪ ਪਕੜ ਲਿਆ ਜਵਾਕ ਨੂੰ ਕੀ ਪਤਾ ਇਹ ਖੇਡਣ ਵਾਲੀ ਵਿੰਗ ਤੜੰਗੀ ਹਿੱਲਦੀ ਹੋਈ ਚੀਜ਼ ਏ ਕਿ ਬੜਾ ਖਤਰਨਾਕ ਤੇ ਬੱਚੇ ਨੇ ਫੜ ਲਿਆ ਉਹਦੇ ਨਾਲ ਖੇਲਣ ਲੱਗ ਪਿਆ ਮਾਂ ਨੇ ਦੂਰੋਂ ਦੇਖ ਲਿਆ ਮਾਂ ਨੇ ਤੇ ਮਾਂ ਨੇ ਕਿਹਾ ਵੀ ਨੇੜੇ ਜਾਂਦਿਆਂ ਨੂੰ ਤਾਂ ਬੱਚਾ ਨੂੰ ਇਹ ਦੱਸ ਜਾਵੇਗਾ ਉਹਨੇ ਦੂਰੋਂ ਲਲਕਰਾ ਮਾਰਿਆ ਉੱਚੀ ਬੋਲਣਾ ਕੀਤਾ ਦਾਬਾ ਮਾਰਿਆ ਜਿਹਨੂੰ ਆਪਾਂ ਕਹੀਏ ਦਬਕਾ ਮਾਰਿਆ ਤੇ ਬੱਚੇ ਨੇ ਹੱਥੋਂ ਛੱਡ ਦਿੱਤਾ ਮਾਤਾ ਨੇ ਵੇਖ ਕੇ ਦੂਰੋਂ ਨੂੰ ਬਚਾਉਣ ਲਈ ਔਰ ਕਰੜਾ ਜੇ ਬੋਲ ਬੋਲਿਆ ਪਈ ਇਧਰੋ ਬੱਚੇ ਤੇ ਬੱਚੇ ਨੂੰ ਉਹਨੇ ਬਚਾਉਣ ਦਾ ਯਤਨ ਕੀਤਾ ਕਹਿ ਨਾ ਪੁਕਾਰ ਫੁਸਲਾਏ ਔਰ ਮੰਡ ਹੈ ਕਹਿ ਲੱਗੇ ਉਹਨੂੰ ਪੁਕਾਰ ਕੇ ਕੀਆ ਪੁਕਾਰ ਕੇ ਫਿਰ ਜਦੋਂ ਹੱਥ ਚ ਉਹਨੇ ਸੱਪ ਛੱਡ ਦਿੱਤਾ ਨਾ ਬੱਚੇ ਨੇ ਇੱਕ ਲਲਕਰਾ ਮਾਰਨ ਦੇ ਨਾਲ ਮਾਂ ਦੇ ਤੇ ਮਾਂ ਭੱਜ ਕੇ ਦੂਰੋਂ ਦੌੜ ਕੇ ਆਈ ਤੇ ਨਹੀਂ ਕਿ ਆਉਨਿਆ ਬੱਚੇ ਨੂੰ ਕੁੱਟਣ ਲੱਗ ਪਈ ਮਾਰਨ ਲੱਗ ਪਈ ਕੁੱਟ ਕੇ ਛਾਤੀ ਨਾਲ ਲਾ ਲਿਆ ਨਾ ਕਿ ਮੇਰੇ ਸੁੱਖਾਂ ਲਦੜਿਆ ਜੇ ਤੈਨੂੰ ਕੁਝ ਹੋ ਜਾਂਦਾ ਤੇ ਕੀ ਮੈਂ ਕਰਦੀ ਉਹਦਾ ਪ੍ਰੇਮ ਏ ਸੱਚਾ ਮਾਂ ਦਾ ਔਰ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੈਸੇ ਬੈਦ ਰੋਗੀ ਪ੍ਰਤ ਕਹਿ ਨ ਬਿਥਾਰ ਬਿਰਥਾ ਸ਼ਿਆਣੀ ਵੈਦ ਹਕੀਮ ਜਿਹੜੇ ਡਾਕਟਰ ਹੁੰਦੇ ਆ ਨਾ ਜੀ ਉਹਨਾਂ ਕੋਲ ਕੋਈ ਰੋਗੀ ਚੱਲ ਕੇ ਆਵੇ ਇਲਾਜ ਕਰਾਉਣ ਉਹ ਕੀ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਭਈ ਰੋਗ ਬਹੁਤ ਵੱਧ ਚੁੱਕਾ ਹੈ ਕਹਣਗੇ ਕੋਈ ਗੱਲ ਨਹੀਂ ਹੁਣ ਤੂੰ ਆ ਗਿਆ ਬਚ ਗਿਆ ਆਏ ਤਾਂ ਗੱਲ ਹੀ ਕੋਈ ਨਹੀਂ ਇਹਦਾ ਬੱਜਣਾ ਇਹਦਾ ਥੋੜਾ ਜਿਹਾ ਬਸ ਕੁਝ ਤੂੰ ਧਿਆਨ ਦੇ ਕੁਝ ਮੈਂ ਦੀ ਦਵਾਈ ਕਰਨਾ ਇਹਦਾ ਬਚ ਗਿਆ ਜਿੱਥੇ ਉਹਨੇ ਦਵਾਈ ਕਰਨੀ ਨਾ ਉਹਦਾ ਮਨੂਮ ਬਲ ਅੰਦਰੋਂ ਮੁਕੰਮਲ ਕਰ ਦਿੱਤਾ ਕਿ ਹਿੰਮਤ ਨਾ ਹਾਰੇ ਅੰਦਰੋਂ ਉਹਨੂੰ ਵੀ ਮੁਕੰਮਲ ਕਰ ਦਿੱਤਾ ਉਹਨੇ ਕਿਹਾ ਮੈਨੂੰ ਐਵੇਂ ਡਰਾਈ ਜਾਂਦੇ ਸਨ ਬੜਾ ਰੋਗ ਵਧ ਗਿਆ ਤੂੰ ਮਰ ਗਿਆ ਓਏ ਐਵੇਂ ਹੋ ਜਾਏਗਾ ਇਹਨੇ ਵੈਦ ਨੇ ਕਿਹਾ ਕਹਿੰਦਾ ਬਚਾ ਦੇ ਨੇ ਉਹ ਸਿਆਣਾ ਵੈਦ ਉਹਨੂੰ ਰੋਗ ਨੂੰ ਵਧਾ ਕੇ ਨਹੀਂ ਦੱਸਦਾ ਉਹਦਾ ਵਿਸਥਾਰ ਨਹੀਂ ਕਰ ਦੋਦਾ ਇਲਾਜ ਕਰਦਾ ਹੈ ਕਹਿੰਦਾ ਤੂੰ ਆ ਗਿਆ ਬਸ ਬਚ ਗਿਆ ਤੇ ਭਾਈ ਸਾਹਿਬ ਕਹਿੰਦੇ ਸੰਜਮ ਕੈ ਔਖ ਦੁਖ ਵਾਏ ਰੋਗ ਦੰਡ ਦੰਡ ਹੈ ਕਹਿੰਦੇ ਸੰਜਮ ਪਰਹੇਜ਼ ਨਾਲ ਉਹਨੂੰ ਕਹਿੰਦਾ ਚੀਜ਼ਾਂ ਦਾ ਪਰਹੇਜ਼ ਰੱਖ ਕੇ ਨਾ ਬੇਸ਼ੱਕ ਰੋਗ ਬਹੁਤ ਵੱਡਾ ਇਹ ਨਹੀਂ ਕਹਾ ਵੀ ਤੂੰ ਨਹੀਂ ਬਚਣਾ ਤੇਰਾ ਤਾਂ ਬਸ ਹੁਣ ਭੋਗ ਪੈਣ ਨਾਲ ਆ ਇਹ ਨਹੀਂ ਗੱਲ ਕਹੀ ਉਹਨੂੰ ਇਹ ਕਿਹਾ ਬਈ ਸੱਜਣਾ ਯਾਦ ਰੱਖ ਔਰ ਇਹ ਤਾਂ ਰੋਗ ਹੀ ਛੋਟਾ ਜਿਹਾ ਤੂੰ ਪਰਹੇਜ਼ ਰੱਖ ਕੇ ਦਵਾਈ ਖਾ ਤੇ ਮੈਂ ਵਾਦਾ ਕਰਦਾ ਤੂੰ ਬਚ ਜਾਵੇਂਗਾ ਔਰ ਉਹਨੂੰ ਵਿਸਥਾਰ ਰੋਗ ਦਾ ਨਹੀਂ ਦੱਸਿਆ ਰੋਗ ਦਾ ਇਲਾਜ ਦੱਸਿਆ ਕਿਵੇਂ ਕਰਨਾ ਭਾਈ ਸਾਹਿਬ ਕਹਿੰਦੇ ਜੈਸੇ ਭੂਲਾ ਚੂਕ ਚਟਿਆ ਕੀ ਨਾਂ ਵਿਚਾਰੇ ਪਾਦਾ ਪਾਟਸ਼ਾਲਾ ਅੰਦਰ ਪਹਿਲਾਂ ਪਾਂਦੇ ਪੜਾਇਆ ਕਰਦੇ ਸਨ ਜਿਵੇਂ ਹੁਣ ਸਕੂਲਾਂ ਟੀਚਰ ਨੇ ਕਹਿੰਦੇ ਜਿਹੜੇ ਬੱਚੇ ਪੜਨ ਵਾਲੇ ਪੜਦੇ ਨੇ ਵਿਦਿਆਰਥੀ ਚਟਿਆ ਬੱਚੇ ਪੜਦੇ ਤੇ ਉਹ ਪੜਦੇ ਹੋਏ ਨਿੱਕੇ ਬੱਚੇ ਨੇ ਕਈ ਗੁਸਤਾਖੀਆਂ ਕਰ ਜਾਂਦੇ ਤੇ ਕਹਿੰਦੇ ਉਹ ਪੰਧਾ ਸਿਆਣਾ ਪੜਾਉਣ ਵਾਲਾ ਵੇਖ ਕੇ ਉਹਨਾਂ ਦੀ ਭੁੱਲ ਚੁੱਕ ਜਿਹੜੀ ਹੁੰਦੀ ਆ ਨਾ ਉਹਨਾਂ ਨੂੰ ਵਿਚਾਰਦਾ ਨਹੀਂ ਕਿ ਤਾਂ ਪਹਿਲਾਂ ਹੀ ਮੇਰੇ ਤੋਂ ਡਰਦੇ ਨੇ ਉਹਨਾਂ ਦੀ ਭੁੱਲ ਚੁੱਕ ਨੂੰ ਵਿਚਾਰਦਾ ਨਹੀਂ ਕਹਿ ਕਹਿ ਸਿੱਖਿਆ ਔਰ ਕਹਿ ਕਹਿ ਕੇ ਉਹਨਾਂ ਨੂੰ ਵਾਦਾ ਮਾਰ ਮਾਰ ਕੇ ਸਿੱਖਿਆ ਸਿਖਾਉਂਦਾ ਹੈ ਤੇ ਮੂਰਖਤਾ ਮਤਖੰਡ ਹੈ ਉਹਨਾਂ ਅੰਦਰ ਜਿਹੜੀ ਮੂਰਖਤਾ ਵਾਲੀ ਮਾਤੇ ਨਾ ਉਹ ਪਾਦਾ ਸਿਆਣਾ ਉਹਨਾਂ ਬੱਚਿਆਂ ਨੂੰ ਪੜਾ ਪੜਾ ਕੇ ਮੂਰਖਤਾ ਹੀ ਖਤਮ ਕਰ ਦਿੰਦਾ ਉਹਨਾਂ ਅੰਦਰ ਉਹ ਬੇਸਮਝੀ ਔਰ ਪੜਾ ਕੇ ਵਿਦਿਆ ਸਿਆਨਪਤਾ ਉਹਨਾਂ ਦੇ ਅੰਦਰ ਪੈਦਾ ਕਰ ਦਿੰਦਾ ਉਹਨਾਂ ਨੂੰ ਸਮਝ ਆ ਜਾਂਦੀ ਵਾਕਿਆ ਹੀ ਜੇ ਤੂੰ ਉਸਤਾਦ ਰੋਕਦਾ ਸੀ ਨਾ ਉਹ ਗਲਤ ਸੀ ਉਹ ਆਪ ਉਹਦਾ ਖੰਡਨ ਕਰਨ ਲੱਗ ਜਾਂਦੇ ਇਹ ਤਿੰਨ ਚਾਰ ਪਰਮਾਨ ਦੇ ਕੇ ਜਿਵੇਂ ਮਾਂ ਇੱਕ ਵਾਰ ਉੱਚੀ ਬੋਲ ਕੇ ਸਰਪ ਹੱਥ ਵਿੱਚੋਂ ਛਡਾਉਂਦੀ ਪਰਤ ਕੇ ਬੱਚੇ ਨੂੰ ਗਲ ਨਾਲ ਲਾਉਂਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਅਰਵੈਦ ਜਿਹੜਾ ਰੋਗੀ ਦਾ ਉਪਚਾਰ ਕਰਦਾ ਰੋਗ ਦਾ ਵਿਸਥਾਰ ਨਹੀਂ ਕਰਦਾ ਕਿ ਬੜਾ ਵੱਡਾ ਰੋਗ ਬੜੇ ਸਮੇਂ ਤੋਂ ਲੱਗਾ ਹੈ ਤਾਂ ਮੁਸ਼ਕਲ ਹੋ ਜਾਵੇਗਾ ਕਹਿੰਦੀ ਉਹਦਾ ਇਲਾਜ ਕਰਦਾ ਔਰ ਉਹਨੂੰ ਇਹ ਨਹੀਂ ਦਰਸਾਉਂਦਾ ਤੂੰ ਐ ਯੋ ਉਹਨੂੰ ਕਹਿੰਦਾ ਹੁਣ ਤੂੰ ਆ ਗਿਆ ਨਾ ਬਚ ਗਿਆ ਬਚ ਗਿਆ ਤੇ ਆਪਾਂ ਵੀ ਵੇਖਿਓ ਕਿਸ ਡਾਕਟਰ ਕੋਲ ਜਾਈਏ ਨਾ ਜਦੋਂ ਇੱਕ ਆਈਏ ਬੜਾ ਦੁੱਖ ਹੋਵੇਦਾ ਕਿਦਾਦਾ ਤਾਂ ਮੈਂ ਹੀ ਬਚ ਗਿਆ ਉਹਨੇ ਕਹਿ ਦਿੱਤਾ ਵੀ ਇਹਦਾ ਕੋਈ ਵੀ ਨਹੀਂ ਮੰਨਦਾ ਮੈਂ ਡਰਾਈ ਜਾਂਦੇ ਸਨ ਕਹਿੰਦੇ ਉਹ ਵੈਦ ਉਹਦਾ ਇਲਾਜ ਕਰਦਾ ਰਹੀ ਇਹ ਘਰ ਬਣਾਉਂਦਾ ਕਹਿੰਦੇ ਜਿਵੇਂ ਉਹਨਾਂ ਬੱਚਿਆਂ ਦੀ ਭੁੱਲ ਚੁੱਕ ਅਨਜਾਨ ਬੇਸਮਝੀ ਵਿੱਚ ਕੀਤੀ ਗੁਸਤਾਖੀ ਨੂੰ ਉਹ ਪੜਾਉਣ ਵਾਲਾ ਉਸਤਾਦ ਨਹੀਂ ਚੇਤਾਰਦਾ ਉਹਦੀ ਮੂਰਖਤਾ ਹੀ ਵਿਦਿਆ ਦੇ ਕੇ ਅੰਦਰੋਂ ਦੀ ਜੜ ਖਤਮ ਕਰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਏਸੀ ਤਰ੍ਹਾਂ ਤੈਸੇ ਪੇਖ ਔਗਣ ਕਹ ਨਾ ਸਤਗੁਰ ਕਾਹੂ ਕਹਿੰਦੇ ਔਗਨ ਗੁਨਾਹ ਦੇਖ ਕੇ ਨਾ ਇਸੇ ਤਰ੍ਹਾਂ ਸਤਿਗੁਰੂ ਇੱਕ ਵਾਰ ਛਿੜਕ ਦੇ ਉਧਰੋਂ ਮੁੜ ਤੇ ਉਧਰੋਂ ਜਿੱਦੇ ਮੁੜਦਾ ਹੈ ਫਿਰ ਮੇਰੇ ਮਹਾਰਾਜ ਗੱਦਗਦ ਲੰਮੀਆਂ ਬਾਹਾਂ ਵਧਾ ਕੇ ਉਹਨੂੰ ਗਲ ਵਕੜੀ ਵਿੱਚ ਮਾਂ ਵਾਂਗ ਲੈ ਲੈਂਦੇ ਇਹ ਨਹੀਂ ਕਹਿੰਦੇ ਵੀ ਆਉਂਦੇ ਦੀ ਬਾਹ ਫਗੜੀ ਦੇ ਥਪੜੇ ਤੇ ਥਪੜਾ ਦੇ ਥਪੜੇ ਤੇ ਥਪੜਾ ਨਹੀਂ ਉਹਨੂੰ ਗਲ ਨਾਲ ਲਾ ਲੈਂਦੇ ਕਿ ਪੁੱਤਰ ਧੀਏ ਤੁੱਕ ਰਸਤੇ ਪੈ ਚੱਲਿਆ ਸਾ ਆ ਤੇਰੀ ਜਗਾ ਉਧਰ ਨਹੀਂ ਤੇਰੀ ਜਗਾ ਛਾਤੀ ਨਾਲ ਏ ਜਿੰਨੂੰ ਚਰਨਾ ਤੇ ਟਹਿਣਾ